ਖਬਰ ਮਾਤਰ ਦੀ ਝੂਠੀ ਨਹੀਂ ਹੈ ਐਕਚੁਲੀ ਸਾਨੂੰ ਇਨਫੋਰਮੇਸ਼ਨ ਆਈ ਸੀ ਗਵਰਨਮੈਂਟ ਵੱਲੋਂ ਅਤੇ ਐਸ ਐਸ ਪੀ ਸਾਹਿਬ ਵੱਲੋਂ ਵੀ ਕੋਈ 14 ਕੁ ਮੁਸਾਫਰਾਂ ਨੂੰ ਛੱਡ ਕੇ ਗਿਆ ਸੀ ਜਿਹੜਾ ਡਰਾਈਵਰ ਉਹਦੇ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਉਹਦੇ ਬਾਅਦ 'ਚ ਰਿਪੋਰਟ ਆਈ ਹੋ ਸਕਦਾ ਸੈਂਪਲ ਉਹਨਾਂ ਦਾ ਪਹਿਲਾਂ ਲੈ ਜਾ ਲਿਆ ਹੋਵੇ ਅਤੇ ਰਿਪੋਰਟ ਬਾਅਦ 'ਚ ਜਿਹਦੇ ਉੱਤੇ ਛੱਡ ਕੇ ਗਿਆ ਅਤੇ ਬਾਅਦ 'ਚ ਪਤਾ ਲੱਗਿਆ ਵੀ ਉਹਨਾਂ ਦੀ ਰਿਪੋਰਟ ਪੋਜ਼ੀਟਿਵ ਹੈ ਇਸ ਕਰਕੇ ਜੋ ਵੀ ਸਾਨੂੰ ਗਵਰਨਮੈਂਟ ਵੱਲੋਂ ਇਨਫੋਰਮੇਸ਼ਨ ਮਿਲੀ ਹੈ ਵੀ ਜਿਹੜੇ 14 ਸਵਾਰੀਆਂ ਨੂੰ ਛੱਡ ਕੇ ਗਏ ਸੀ ਉਹਨਾਂ ਸਾਰਿਆਂ ਸਵਾਰੀਆਂ ਦੇ ਨਾ ਟੈਸਟ ਕੀਤੇ ਜਾਂਦੇ ਸੀ ਉਹਨਾਂ ਸਾਰੀਆਂ ਸਵਾਰੀਆਂ ਨੂੰ 11 ਸਵਾਰੀਆਂ ਜਿਹੜੀਆਂ ਮਿਲੀਆਂ ਸੀ ਖੇਮ ਕਰਨ 'ਤੇ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਸ਼ਿਫਟ ਕਰਕੇ ਉਹਨਾਂ ਦੇ ਸੈਂਪਲਸ ਲੈ ਲਏ ਅਤੇ ਅਸੀਂ ਸੈਂਪਲ ਭੇਜਦੇ ਹਾਂ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਕੀਤਾ ਜਾਏਗਾ ਬਾਕੀ 3 ਸਵਾਰੀਆਂ ਜਿਹੜੀਆਂ ਸੀ ਉਹ ਮੋਗੇ ਦੀਆਂ ਸੀ ਅਤੇ ਮੋਗੇ ਵਾਲਿਆਂ ਨੂੰ ਸਿਵਲ ਸਿੰਘ ਨੂੰ ਐਜ਼ ਵੈਲ ਐਜ਼ ਡਿਪਟੀ ਕਮਿਸ਼ਨਰ ਜੀ ਨੂੰ ਇਨਫੋਰਮ ਕਰ ਦਿੱਤਾ ਗਿਆ ਉਹ ਮੋਗੇ ਵਿੱਚ ਉਹ ਆਪਣੇ ਤਰੀਕੇ ਨਾਲ ਆਪਣੀ ਕਾਰਵਾਈ ਕਰਨਗੇ ਉੱਥੇ ਸੈਂਪਲ ਲੈਣ